ਸਤਿ ਸ਼੍ਰੀ ਅਕਾਲ ਸਰ ਸਰ ਪਹਿਲੇ ਤਾਂ ਬਹੁਤ ਬਹੁਤ ਵਧਾਈਆਂ ਪੰਜਾਬੀ ਠਿਕਾਣਾ ਵੱਲੋਂ ਫਿਲਮ ਜਲਵਾਯੂ ਇਨਕਲੇਵ ਅੱਜ ਰਿਲੀਜ਼ ਹੋਣ ਵਾਲੀ ਹੈ ਸਰ ਕਿੰਨੀ ਕੁ ਐਕਸਾਈਟਮੈਂਟ ਐਕਸਾਈਟਮੈਂਟ ਲੈਵਲ ਬਹੁਤ ਜ਼ਿਆਦਾ ਪੀਕ 'ਤੇ ਹੈਗਾ ਅਤੇ ਜਿਵੇਂ ਪਹਿਲਾਂ ਦੱਸਿਆ ਕਿ ਜਿਵੇਂ ਬੱਚੇ ਪੇਪਰ ਦੇ ਕੇ ਰਿਜ਼ਲਟ ਵਾਲਾ ਦਿਨ ਹੈ ਸਾਡਾ ਅੱਜ ਸੋ ਸਾਰਿਆਂ ਨੂੰ ਵਧੀਆ ਪੋਜ਼ਿਟਿਵ ਐਕਸਾਈਟਮੈਂਟ ਵਧੀਆ ਸਰ ਟ੍ਰੇਲਰ ਦੇ ਵਿੱਚ ਤਾਂ ਤੁਸੀਂ ਬਹੁਤ ਮਿਹਨਤ ਕੀਤੀ ਹੈ ਕਿਤੇ ਤੁਸੀਂ ਬੋਲਣ ਦੇ ਲਈ ਤੁਸੀਂ ਅਵਾਰਡ ਸਿੱਖੇ ਨਵੇਂ ਨਵੇਂ ਸਰ ਉਹ ਵਾਲਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਜਿਵੇਂ ਟ੍ਰੇਲਰ 'ਚ ਵੇਖਣ ਵਾਲਾ ਫਿਲਮ 'ਚ ਫਿਲਮ 'ਚ ਟ੍ਰੇਲਰ ਮੈਂ ਕਹਿੰਦਾ ਹੁੰਦਾ ਕਿ ਟ੍ਰੇਲਰ ਸਿਰਫ 5-7 ਮੈਕਸੀਮਮ 10% ਹੈ ਫਿਲਮ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਆਪਾਂ ਰਿਲੇਟ ਕਰਾਂਗੇ ਵੀ ਅਸੀਂ ਇੱਦਾਂ ਕੀਤਾ ਲੋਕਡਾਊਨ ਆਪਣਾ ਸਾਰਾ ਤੁਹਾਡੇ ਸਾਹਮਣੇ ਆ ਜਾਊਗਾ ਕਿੱਦਾਂ ਆਪਣਾ ਲੋਕਡਾਊਨ ਬੀਤਿਆ ਥਾਲੀਆਂ ਖੜਕਾਈਆਂ ਮੋਮਬੱਤੀਆਂ ਜਗਾਈਆਂ ਸਾਰਾ ਲੋਕਡਾਊਨ ਤੁਹਾਡੇ ਸਾਹਮਣੇ ਆ ਜਾਊਗਾ ਸਰ ਕੀ ਕਹਿੰਦੇ ਆ ਪੂਰਾ ਕਹਿੰਦੇ ਲੋਕਡਾਊਨ ਦੇ ਵਿੱਚ ਜਿੱਥੇ ਆਪਾਂ ਨੇੜੇ ਇੱਕ ਦੂਜੇ ਦੇ ਜਾਣ ਤੋਂ ਡਰਦੇ ਸੀ ਅਤੇ ਉਹ ਚੀਜ਼ਾਂ ਤੁਸੀਂ ਬੜੇ ਚਟਪਟੇ ਅੰਦਾਜ਼ ਦੇ ਵਿੱਚ ਪੇਸ਼ ਕੀਤੀਆਂ ਨੇ ਅਤੇ ਸਰ ਤੁਹਾਨੂੰ ਕਿੰਨਾ ਮਜ਼ਾ ਆਇਆ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਪੇਸ਼ ਕੀਤਾ ਕਿਵੇਂ ਦਾ ਰਿਹਾ ਮਾਈਂਡ ਦੇ ਵਿੱਚ ਵੀ ਕਰੋਨਾ ਕੋਵਿਡ ਹੈ ਅਤੇ ਅਸੀਂ ਉਹਨਾਂ ਚੀਜ਼ਾਂ ਨੂੰ ਪ੍ਰਜੈਂਟ ਕਰਨ ਲਈ ਅਸੀਂ ਬਹੁਤ ਜ਼ਿਆਦਾ ਮਤਲਬ ਜਦੋਂ ਸ਼ੂਟ ਚੱਲ ਰਿਹਾ ਸੀਗਾ ਬੜਾ ਮਾਹੌਲ ਡਰ ਤਾਂ ਹੈਗਾ ਸੀਗਾ ਸਾਰਿਆਂ 'ਚ ਅਸੀਂ ਪੰਜਾਬੀ ਚਲੋ ਥੋੜ੍ਹੇ ਜਿਹੇ ਬੇਫਿਕਰੇ ਹੁੰਦੇ ਨੇਗੇ ਉੱਦਾਂ ਮਾਹੌਲ ਬਹੁਤ ਸ਼ੂਟ 'ਤੇ ਬਹੁਤ ਮਤਲਬ ਕਿ ਹਾਸੇ ਵਾਲਾ ਮਾਹੌਲ ਰਹਿੰਦਾ ਹੁੰਦਾ ਕਿਉਂਕਿ ਮੇਰਾ ਸੁਭਾਅ ਪਤਾ ਹੀ ਹੈ ਸਭ ਨੂੰ ਥੋੜ੍ਹਾ ਜਿਹਾ ਮਜ਼ਾਕ ਹੀ ਇਹਦਾ ਚੱਲਦਾ ਰਹਿੰਦਾ ਵਧੀਆ ਮਾਹੌਲ ਸੀਗਾ ਬਾਕੀ ਮੋਨਿਕਾ ਜੀ ਅਤੇ ਮੈਮ ਕੀ ਕਹੋਗੇ ਤੁਸੀਂ ਕਿਵੇਂ ਦਾ ਲੱਗਿਆ ਤੁਹਾਨੂੰ ਫਿਲਮ ਦਾ ਹਿੱਸਾ ਬਣ ਕੇ ਸਭ ਤੋਂ ਪਹਿਲਾਂ ਤਾਂ ਕੰਗਰੈਚੁਲੇਸ਼ਨਸ ਥੈਂਕ ਯੂ ਸੋ ਮਚ ਮੁਝੇ ਬਹੁਤ ਓਵਰਵੈਲਮਿੰਗ ਲੱਗ ਰਿਹਾ ਹੈ ਔਰ जब स्क्रिप्ट पढ़ी थी तो मैं वैसे भी एक्साइटेड थी क्योंकि स्क्रिप्ट देखकर समझ में आ गया था डायरेक्टर से मिलके उनका कन्विक्शन समझ आ गया था बट उससे भी ज़्यादा जब हम शूट कर रहे थे तो मुझे बहुत अच्छा लगा क्योंकि मैं दिल्ली से हूँ तो मुझे एनीवे चंडीगढ़ आना जाना होता है और मुझे लोग समझ में आते हैं यहाँ के तो हमारा एक्सपीरियंस भी अच्छा था और मुझे लगता है हमने काम भी अच्छा ही कर दिया और वो करते करते हो गया इतना प्लानिंग नहीं था कि इतने बड़े लेवल पे हम रिलीज कर पाएंगे सब कुछ कर पाएंगे जस्ट हैपेंड सानू ऐदां सीगा भी किसी ओटीटी ते करांगे पर जदों बण इन्नी वधिया गई सानू ऐ सी भी हुण भी क्यों ना थिएटरां ते जाना चाहिए कॉन्सेप्ट इन्ना वधिया है कि जिथे दूर जांदे सी लोकी तुसी नेड़े नेड़े आउंदे सी नेड़े आउण नू फिरदे सीगे हां राइट तुसी नेड़े आउण दा ज़रिया लब्भिया तुसी हुण पता नहीं फिल्म दे विच की कुछ आ तां देखण दा बाद पता बहुत वधिया तुसी देखोगे सारा मीडिया बहुत एंजॉय करना मैम किद्दां दा लग्गिया जदों तुसी ਪੰਜਾਬੀ ਲੈਂਗੁਏਜ ਨੂੰ ਤੁਸੀਂ ਰਿਪ੍ਰੈਜ਼ੈਂਟ ਕੀਤਾ ਤੁਸੀਂ ਦਿੱਲੀ ਤੋਂ ਤੁਸੀਂ ਕਹਿ ਰਹੇ ਹੋ ਨਾ ਅਤੇ ਕਿਵੇਂ ਦਾ ਲੱਗਿਆ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਡਾਇਲੋਗਸ ਵੀ ਫਿਲਮ ਦੇ ਵਿੱਚ ਆਉਣਗੇ ਅਸੀਂ ਸੁਣਨ ਨੂੰ ਮਿਲਣਗੇ ਥੋੜ੍ਹਾ ਮੁਸ਼ਕਿਲ ਰਿਹਾ ਜਾਂ ਕਿਵੇਂ ਦਾ ਰਿਹਾ ਐਕਚੁਅਲੀ ਇਹੀ ਚੀਜ਼ ਹੈ ਕਿ ਲੜਕਾ ਇਸਮੇ ਦਿਖਾਇਆ ਹੈ ਥੋੜ੍ਹਾ ਪਿੰਡੂ ਔਰ ਲੜਕੀ ਦਿਖਾਈ ਹੈ ਦਿੱਲੀ ਕੀ ਤੋ ਲੜਕੀ ਕੋ ਨਹੀਂ ਆਤੀ ਹੈ ਪੰਜਾਬੀ ਇਸਮੇ ਇਸ ਟਾਈਪ ਕਾ ਦਿਖਾਇਆ ਹੈ ਸੋ ਮੈਂ ਪੰਜਾਬੀ ਤੋਂ ਨਹੀਂ ਬੋਲ ਰਹੀ ਹੂੰ ਬਟ ਐਸੇ ਦੋ ਤਿੰਨ ਫਨੀ ਸੀਨਸ ਹੈ ਜਿਸਮੇ ਮੈਂ ਪੰਜਾਬੀ ਸੁਣ ਕੇ ਇਨਕੀ ਸਮਝ ਨਹੀਂ ਪਾ ਰਹੀ ਹੂੰ ਤੋ ਵੋ ਯੂ ਵਿਲ ਨੋ ਦੇਖ ਕੇ ਫਿਰ ਉਹ ਮਿਸਮੈਚ ਜਿਹੜਾ ਉੱਪਰ ਆ ਰਿਹਾ ਟ੍ਰੇਲਰ ਦੇ ਵਿੱਚ ਇਹੀ ਗੱਲ ਹੈ ਉਹ ਮਿਸਮੈਚ ਪਤਾ ਚੱਲੇਗਾ ਤੁਹਾਨੂੰ ਪਤਾ ਲੱਗੂਗਾ ਮੈਚ 'ਚ ਤਬਦੀਲ ਕਰਦਾ ਇਹ ਦੇਖਿਓ ਤੁਸੀਂ ਮੈਂ ਤੁਹਾਡਾ ਅਸਲ 'ਚ ਜਿਹੜਾ ਆਨੰਦ ਹੋਣਾ ਹੈਗਾ ਉਹ ਨਹੀਂ ਖਰਾਬ ਕਰਨਾ ਚਾਹੁੰਦਾ ਉਹ ਤੁਸੀਂ ਦੇਖ ਕੇ ਆਪਾਂ ਬਾਅਦ 'ਚੋਂ ਫਿਰ ਗੱਲ ਕਰ ਲਾਂਗੇ ਦੁਬਾਰਾ ਵਿਸ਼ ਯੂ ਆਲ ਦ ਵੈਰੀ ਬੈਸਟ ਤੇ ਤੁਹਾਨੂੰ ਅੱਛਾ ਲਾਸਟ ਦੇ ਵਿੱਚ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇਖਣ ਦੇ ਲਈ ਆਡੀਅੰਸ ਨੂੰ ਮੈਂ ਬੇਨਤੀ ਕਰਦਾ ਹਮੇਸ਼ਾ ਜਿੱਦਾਂ ਮੈਂ ਕਰ ਰਿਹਾ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਸੀਂ ਆਪਣਾ ਸਮਾਂ ਕੱਢ ਕੇ ਆਓ ਤੁਹਾਨੂੰ ਸਾਡਾ ਸਮਾਂ ਵੀ ਵਸੂਲ ਹੋਊਗਾ ਤੇ ਪੈਸੇ ਜਿਹੜੇ ਟਿਕਟਾਂ ਤੇ ਲਾਵਾਂਗੇ ਉਹ ਵੀ ਵਸੂਲ ਹੋਣਗੇ ਆਪ ਕੀ ਕਹਿਣਾ ਚਾਹੇਂਗੇ ਫਿਲਮ ਕੋ ਆਡੀਅੰਸ ਕੇ ਰਾਈਟ ਮੈਂ ਇਹੀ ਬੋਲੂੰਗੀ ਕਿ ਲਾਈਕ ਜਬ ਮੇਰੀ ਫਿਲਮ ਨਹੀਂ ਹੋਤੀ ਹੈ ਔਰ ਮੈਂ ਆਡੀਅੰਸ ਹੋਤੀ ਹੂੰ ਤੋ ਮੈਂ ਹਮੇਸ਼ਾ ਇਹੀ ਚਾਹਤੀ ਹੂੰ ਕਿ ਕੁਛ ਨਯਾ ਆਏ ਕੁਛ ਨਯਾ ਆਏ ਵਹੀ ਸਾਰੀ ਚੀਜ਼ੇ ਨਾ ਰਿਪੀਟ ਹੋ ਜਿਸਮੇ ਆਪਕੋ ਗਲੈਮਰ ਦਿਖ ਰਹਾ ਹੈ ਇਹ ਦਿਖ ਰਹਾ ਹੈ ਕੁਛ ਐਸਾ ਹੈ ਜੋ ਜਿਸਸੇ ਹਮ ਰਿਲੇਟ ਕਰ ਪਾਏ ਰਾਈਟ ਤੋ ਅਬ ਵੋ ਚੀਜ਼ ਹੈ ਤੋ ਆਈ ਹੋਪ ਕਿ ਆਪ ਸਭ ਸਪੋਰਟ ਕਰੋਗੇ ਦੇਖੋਗੇ ਔਰ ਅਗਰ ਦੇਖ ਲੋਗੇ ਤੋ ਲਾਈਕ ਤੋ ਕਰੋਗੇ ਇਹ ਮੁਝੇ ਲੱਗਦਾ ਹੈ ਬਿਲਕੁਲ ਮੈਮ ਟ੍ਰੇਲਰ ਸੇ ਬਹੁਤ ਚਟਪਟਾ ਮਸਾਲਾ ਮੂਵੀ ਲੱਗਣ ਵਾਲੀ ਹੈ ਤੋ ਵਿਸ਼ ਯੂ ਆਲ ਦੀ ਵੈਰੀ ਬੈਸਟ ਥੈਂਕ ਯੂ ਸਰ ਥੈਂਕ ਯੂ ਸਰ ਫੱਟਾ ਪੋਸਟਰ ਨਿਕਲਾ ਹੀਰੋ ਸਰ ਉਹ ਵਾਲੀ ਗੱਲ ਕਰ ਥੈਂਕ ਯੂ ਬਹੁਤ ਬਹੁਤ ਜੀ ਇੰਨੀ ਵਧੀਆ ਐਕਟਿੰਗ ਬਾ ਕਮਾਲ ਆਪਾਂ ਪਹਿਲਾਂ ਗੱਲ ਕੀਤੀ ਸੀ ਉਦੋਂ ਲੱਗ ਨਹੀਂ ਸੀ ਰਿਹਾ ਵੀ ਇਦਾਂ ਕੁਝ ਹੋਊਗਾ ਪਰ ਤੁਸੀਂ ਤੇ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਿਭ ਕੇ ਤੁਸੀਂ ਜਿਹੜਾ ਤੁਸੀਂ ਆਪਣੀ ਐਕਟ ਨੂੰ ਆਪਣੇ ਕਰੈਕਟਰ ਨੂੰ ਸੰਭਾਲਿਆ ਸਰ ਕਾਬਿਲ ਹੈ ਤਾਰੀਫ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਮੀਡੀਆ ਵਾਲਿਆਂ ਦਾ ਤੁਸੀਂ ਆਏ ਹੋ ਨਿੱਕੇ ਜਿਹੇ ਸੱਦੇ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਸੋ ਵਿਸ਼ ਯੂ ਆਲ ਥੈਂਕ ਯੂ ਯੂਰ ਫਿਊਚਰ ਪ੍ਰੋਜੈਕਟ ਥੈਂਕ ਯੂ ਮੈਮ ਥੈਂਕ ਐਂਡ ਮੈਮ ਤੁਹਾਡਾ ਤੇ ਦਿੱਲੀ ਵਾਲੀ ਗਰਲ ਨੇ ਤੇ ਕਮਾਲ ਕਰਤਾ ਫਿਲਮ ਥੈਂਕ ਯੂ ਮੈਮ ਥੈਂਕ ਯੂ ਅੱਛਾ ਮੈਮ ਹੁਣ ਕਿੱਦਾਂ ਦਾ ਲੱਗ ਰਿਹਾ ਫਿਲਮ ਰਿਲੀਜ਼ ਹੋ ਗਈ ਆਡੀਅੰਸ ਨੇ ਦੇਖ ਲਈ ਅਬ ਕੈਸਾ ਹੈ मुझे बहुत अच्छा लग रहा है क्योंकि हमने जब डबिंग पे देखा था तो जहाँ जहाँ मैंने सोचा था कि ये यहाँ पे लोग ज़रूर हूटिंग करेंगे तो वो मुझे मिला हूटिंग राइट और जो जो एक्सपेक्ट किया था उतना रिएक्शन मिला अब देखते हैं इसलिए मैंने हूटिंग नहीं बोला मुझे मालूम था ये एक्ट्रेस खुद ही बोल दी राइट 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 तो मैम अब अच्छा लग रहा है तो मैम क्या कहने चाहेंगी फ्यूचर प्रोजेक्ट्स के फ्यूचर प्रोजेक्ट्स के लिए अभी आ रही है मेरी दो फिल्म्स एक वाइट हिल के साथ है देखते हैं वो कब रिलीज़ होगी उसका अभी थोड़ा सा डबिंग वगैरह रहता है उसके अलावा एक हिंदी फिल्म आ रही है खुदा हाफिज़ पार्ट टू वो फारूक कबीर सर ने डायरेक्ट किया है तो वो दोनों चीज़ें हैं इसका ये सर तुहाडी एक्टिंग नू वेख के इदां लगता है कि हुण पंजाबी म्यूजिक इंडस्ट्री दे नाल फिल्म इंडस्ट्री नू एक बहुत ही वधिया हीरो जिहड़ा हर चीज़ नू बाखूबी निभाउण वाला मिल रहा
ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਰ ਸਾਨੂੰ ਤਾਂ ਫਿਲਮ ਪੂਰੀ 10 ਚੋਂ 10 ਲੱਗੀ ਹੈ ਬਾਕੀ ਹੁਣ ਆਡੀਅੰਸ ਦੇਖ ਕੇ ਕੀ ਕਹਿੰਦੀ ਹੈ ਉਹਦੇ ਲਈ ਤੁਹਾਨੂੰ ਬੈਸਟ ਵਿਸ਼ਸ ਥੈਂਕ ਯੂ ਮੈਮ ਥੈਂਕ ਯੂ ਸਰ ਫਿਊਚਰ ਪ੍ਰੋਜੈਕਟ ਲਈ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਬਹੁਤ ਬਹੁਤ ਸ਼ੁਕਰੀਆ